ਕਿ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਓ। ਕੁੱਲ ਦੁਨੀਆ ਦੇ ਉੱਤੇ ਇੰਡੀਅਨ ਅੰਬੈਸੀਆਂ ਜਿਹੜੇ ਜਿਹੜੇ ਮਰਜ਼ੀ ਮੁਲਕ ਵਿੱਚ ਚਲੇ ਜਾਓ, ਹਰੇਕ ਮੁਲਕ ਵਿੱਚ ਇੰਡੀਅਨ ਅੰਬੈਸੀ ਹੈ। ਇੰਡੀਅਨ ਅੰਬੈਸੀਆਂ ਦੇ ਵਿੱਚ ਜਾ ਕੇ ਸਿੱਖਾਂ ਨੇ ਮੰਗ ਪੱਤਰ ਦੇਣੇ ਸ਼ੁਰੂ ਕੀਤੇ ਕਿ ਪ੍ਰਧਾਨ ਮੰਤਰੀ ਮੈਡਮ ਨੂੰ ਆਖੋ ਕਿ ਅੰਮ੍ਰਿਤਸਰ ਸਾਹਿਬ ਨੂੰ ਵੀ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਜਾਏ। ਸਤ ਸੰਗਤ, ਇਕੱਲੇ ਇਕੱਲੇ ਜ਼ਿਲ੍ਹਿਆਂ ਦੇ ਡੀਸੀਆਂ ਦੇ ਕੋਲ ਮੰਗ ਪੱਤਰ ਜਾਣੇ ਸ਼ੁਰੂ ਹੋ ਗਏ, ਪਰ ਕੁਝ ਢੀਠ ਲੋਕਾਂ ਨੇ ਇਸ ਮੰਗ ਦਾ ਬੜਾ ਵਿਰੋਧ ਕੀਤਾ। ਆਰੀਆ ਸਮਾਜ ਵਾਲਿਆਂ ਨੇ ਫਰੀਦ ਚੌਂਕ ਦੇ ਵਿੱਚ, ਬਾਬਾ ਫਰੀਦ ਚੌਂਕ ਅੰਮ੍ਰਿਤਸਰ ਸਾਹਿਬ, ਉੱਥੇ ਇੱਕ ਮੀਟਿੰਗ ਬੁਲਾਈ। ਉਸ ਮੀਟਿੰਗ ਦੇ ਵਿੱਚ ਪ੍ਰਤਾਪ ਅਖਬਾਰ ਦਾ ਸੰਪਾਦਕ, ਉਹਦਾ ਨਾਂ ਸੀ ਬਰਿੰਦਰ ਮਹਾਸ਼ਾ, ਬਰਿੰਦਰ ਮਹਾਸ਼ਾ, ਉਹਨੇ ਬਿਆਨ ਦਿੱਤਾ ਕਿ ਅੰਮ੍ਰਿਤਸਰ ਦੇ ਵਿੱਚ ਮੀਟ ਵੀ ਵਿਕਣਾ, ਅੰਮ੍ਰਿਤਸਰ ਦੇ ਵਿੱਚ ਸ਼ਰਾਬ ਦੇ ਠੇਕੇ ਵੀ ਚੱਲਣੇ ਆ, ਅੰਮ੍ਰਿਤਸਰ ਦੇ ਵਿੱਚ ਬੀੜੀਆਂ ਵੀ ਵਿਕਣੀਆਂ, ਤੰਬਾਕੂ ਵੀ ਵਿਕਣਾ, ਤੇ ਜੇ ਸਿੱਖ ਇਦਾਂ ਦੇ ਹਾਲਾਤਾਂ ਵਿੱਚ ਅੰਮ੍ਰਿਤਸਰ ਨਹੀਂ ਰਹਿਣਾ ਚਾਹੁੰਦੇ ਤਾਂ ਇਹ ਪਾਕਿਸਤਾਨ ਚਲੇ ਜਾਣ। ਕਿੱਡਾ ਗੈਰ ਜ਼ਿੰਮੇਵਾਰ ਬਿਆਨ ਤੇ ਇੱਕ ਜ਼ਿੰਮੇਵਾਰ ਬੰਦੇ ਵੱਲੋਂ। ਅਖਬਾਰ ਦਾ ਸੰਪਾਦਕ ਹੋਣਾ ਕੋਈ ਛੋਟੀ ਗੱਲ ਨਹੀਂ ਹੁੰਦੀ, ਇੱਕ ਅਖਬਾਰ ਦਾ ਐਡੀਟਰ ਹੋਣਾ ਕਿਤੇ ਨਿੱਕੀ ਜੀ ਪੋਸਟ ਥੋੜਾ ਹੈ, ਪਰ ਉਹਨੇ ਬਿਆਨ ਦੇ ਦਿੱਤਾ, ਉਹਦੇ ਉੱਤੇ ਕੋਈ ਪਰਚਾ ਦਰਜ ਨਾ ਹੋਇਆ। ਉਹਦੀ ਉਸ ਮੀਟਿੰਗ ਦੀ ਕਵਰੇਜ ਕਰਨ ਵਾਲੇ ਦੋ ਸਿੱਖ ਪੱਤਰਕਾਰ ਗਏ, ਪੰਜਾਬੀ ਟ੍ਰਿਬਿਊਨ ਤੋਂ ਸਰਦਾਰ ਮਹਿੰਦਰ ਸਿੰਘ ਜੀ ਗਏ ਤੇ ਇੰਗਲਿਸ਼ ਟ੍ਰਿਬਿਊਨ ਤੋਂ ਸਰਦਾਰ ਦਲਵੀਰ ਸਿੰਘ ਪੱਤਰਕਾਰ ਗਏ। ਤੇ ਉਹਨਾਂ ਮੀਟਿੰਗ ਦੇ ਅੰਦਰ ਜਿੰਨੇ ਹਿੰਦੂ ਭਰਾ ਸੀ ਨਾ, ਉਹਨਾਂ ਸਿਗਰਟਾਂ ਪੀ ਕੇ ਸਗੋਂ ਧੂੰਆਂ ਉਹਨਾਂ ਪੱਤਰਕਾਰਾਂ ਦੇ ਉੱਤੇ ਸੁੱਟਣਾ ਸ਼ੁਰੂ ਕਰ ਦਿੱਤਾ। ਕਹਿਣ ਲੱਗੇ ਵੀ ਅੱਜ ਜਿਹੜੇ ਸਰਦਾਰ ਆਏ ਆ ਨਾ, ਇਹਨਾਂ ਸਰਦਾਰਾਂ ਦੇ ਬਰਖਿਲਾਫ ਸਾਡੀ ਮੀਟਿੰਗ ਹੈ। ਪੁਲਿਸ ਵਾਲਿਆਂ ਨੇ ਉਹਨਾਂ ਸਰਦਾਰਾਂ ਨੂੰ ਤੇ ਭਾਵੇਂ ਉਸ ਘੇਰੇ ਤੋਂ ਦੂਰ ਘੱਲ ਦਿੱਤਾ, ਪਰ ਇਹ ਮੰਗ ਸਿੱਖਾਂ ਦੀ ਜਿਹੜੀ ਬੜੀ ਜਾਇਜ਼ ਮੰਗ ਹੈ ਕਿ ਅੰਮ੍ਰਿਤਸਰ ਸਾਹਿਬ, ਕੁੱਲ ਦੁਨੀਆ ਦੇ ਧਾਰਮਿਕ ਲੋਕ ਰੱਬ ਦਾ ਨਾਮ ਜਪਣ ਆਉਂਦੇ ਆ, ਸਾਰੇ ਲੋਕਾਂ ਦੀ ਇੱਥੇ ਆਸਥਾ ਆ, ਇਸ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿਓ। ਕੁੱਲ ਦੁਨੀਆ ਦੇ ਵਿੱਚ ਸਿੱਖਾਂ ਦੀ ਇਹ ਜਾਇਜ਼ ਮੰਗ ਕਿਵੇਂ ਬੁਲੰਦ ਆਵਾਜ਼ ਵਿੱਚ ਉੱਠਣ ਲੱਗੀ, ਉਹ ਤਸਵੀਰ ਆਪ ਰੱਬ ਵਰਗੀ ਸੰਗਤ ਦੇ ਸਾਹਮਣੇ ਗਿਆਨੀ ਸਰੂਪ ਸਿੰਘ ਕੜਿਆਣਾ ਦਾ ਢਾਡੀ ਜੱਥਾ ਇਉਂ ਪੇਸ਼ ਕਰਦਾ ਹੈ।
ਜਗਤੀ ਝੂਠ ਨੂੰ ਦੂਰ ਕਰ ਦਿਓ ਸਿੰਘ ਸਰਦਾਰਾ ਤੋਂ, ਸਿੱਖ ਕੌਮ ਮੰਗ ਕਰਦੀ ਵੇਲੇ ਦੀਆਂ ਸਰਕਾਰਾਂ ਤੋਂ, ਜਗਤੀ ਝੂਠ ਨੂੰ ਦੂਰ ਕਰ ਦਿਓ ਸਿੰਘ ਸਰਦਾਰਾ ਤੋਂ, ਗੌਰ ਕਰੋ ਜੇ ਤੁਸੀਂ ਮੰਨਦੇ, ਗੌਰ ਕਰੋ ਜੇ ਤੁਸੀਂ ਮੰਨਦੇ ਰੱਬ ਦੇ ਘਰ ਨੂੰ ਜੀ, ਦਰਜਾ ਸ਼ਹਿਰ ਪਵਿੱਤਰ ਦਾ ਗੱਲ ਤੇ ਅਮਲ ਕਰੋ ਸੁਣੋ ਮੰਗ ਲੁਕਾਈ ਦੀ, ਪੂਜਣ ਯੋਗ ਸਥਾਨਾਂ ਦੀ ਸਦਾ ਕਦਰ ਹੈ ਭਾਈ ਦੀ, ਇਸ ਗੱਲ ਤੇ ਅਮਲ ਕਰੋ ਸੁਣੋ ਮੰਗ ਲੁਕਾਈ ਦੀ, ਸਭ ਧਰਮਾਂ ਦਾ ਸੀਸ ਝੁਕੇ, ਸਭ ਧਰਮਾਂ ਦਾ ਸੀਸ ਝੁਕੇ ਸਤਿਗੁਰ ਦੇ ਦਰ ਨੂੰ ਜੀ, ਦਰਜਾ ਸ਼ਹਿਰ ਪਵਿੱਤਰ ਦਾ ਦੋ ਅੰਮ੍ਰਿਤਸਰ ਨੂੰ, ਦਰਜਾ ਸ਼ਹਿਰ ਪਵਿੱਤਰ ਦਾ ਦੋ ਅੰਮ੍ਰਿਤਸਰ ਨੂੰ, ਸਰ ਨੂੰ ਆਪ ਵਸਾਇਆ ਹੈ ਮਹਾ ਪਵਿੱਤਰ ਨਗਰੀ ਨੂੰ, ਤੁਸੀਂ ਕਿਉਂ ਬੁਲਾਇਆ ਹੈ, ਸਤਿਗੁਰ ਜੀ ਨੇ ਅੰਮ੍ਰਿਤਸਰ ਨੂੰ ਆਪ ਵਸਾਇਆ ਹੈ, ਮਹਾ ਪਵਿੱਤਰ ਨਗਰੀ ਨੂੰ ਤੁਸੀਂ ਕਿਉਂ ਬੁਲਾਇਆ ਹੈ, ਇੱਥੇ ਆ ਕੁੱਲ ਦੁਨੀਆ ਲੋੜੇ, ਇੱਥੇ ਆ ਕੁੱਲ ਦੁਨੀਆ ਲੋੜੇ ਗੁਰੂ ਦੇ ਵਰ ਨੂੰ ਜੀ, ਦਰਜਾ ਸ਼ਹਿਰ ਪਵਿੱਤਰ ਦਾ ਦਿਓ ਅੰਮ੍ਰਿਤਸਰ ਨੂੰ ਜੀ, ਦਰਜਾ ਸ਼ਹਿਰ ਪਵਿੱਤਰ ਦਾ ਦਿਓ ਅੰਮ੍ਰਿਤਸਰ ਨੂੰ, ਸਭ ਨਸ਼ਿਆਂ ਦੇ ਖੋਖੇ ਉੱਥੋਂ ਤੁਸੀਂ ਉਜਾੜੇ ਨੇ, ਹਰ ਦੁਆਰ ਤੇ ਕਾਂਛੀ ਮੱਥਦਾ ਜੋ ਸਤਕਾਰੇ ਨੇ, ਸਭ ਨਸ਼ਿਆਂ ਦੇ ਖੋਖੇ ਉੱਥੋਂ ਤੁਸੀਂ ਉਜਾੜੇ ਨੇ, ਸੋਭਾ ਖੱਟਾ ਸਿੱਖਾਂ ਦੀ, ਸੋਭਾ ਖੱਟਾ ਸਿੱਖਾਂ ਦੀ ਆਓ ਅੰਮ੍ਰਿਤਸਰ ਨੂੰ ਜੀ, ਦਰਜਾ ਸ਼ਹਿਰ ਪਵਿੱਤਰ ਦਾ ਦਿਓ ਅੰਮ੍ਰਿਤਸਰ ਨੂੰ, ਦਰਜਾ ਸ਼ਹਿਰ ਪਵਿੱਤਰ ਦਾ ਦਿਓ ਅੰਮ੍ਰਿਤਸਰ ਨੂੰ ਜੀ।
ਸਿੰਘਾਂ ਬੋਲ ਸੁਣਾ ਦਿੱਤੇ ਅੜਿਆਣੇ ਨੇ ਉਹ ਬੋਲਾਂ ਦੇ ਸ਼ੰਦ ਬਣਾ ਦਿੱਤੇ ਗੁਰੂ ਨਾਨਕ ਜੀ ਦੇ ਹੱਕ ਚ ਸਿੰਘਾਂ ਬੋਲ ਸੁਣਾ ਦਿੱਤੇ ਅੜਿਆਣੇ ਨੇ ਉਹ ਬੋਲਾਂ ਦੇ ਸ਼ੰਦ ਬਣਾ ਦਿੱਤੇ ਆਓ ਸੀਸ ਝੁਕਾਈਏ ਚੌਥੇ ਗੁਰੂ ਦੇ ਘਰ ਨੂੰ ਜੀ ਦਰਜਾ ਸ਼ਹਿਰ ਪਵਿੱਤਰ ਦਾ ਦਿਓ ਅੰਮ੍ਰਿਤਸਰ ਨੂੰ ਜੀ ਦਰਜਾ ਸ਼ਹਿਰ ਪਵਿੱਤਰ ਦਾ ਦਿਓ ਅੰਮ੍ਰਿਤਸਰ ਨੂੰ ਸ਼ਰਨੋ ਜੀ।